ਸਿੰਘ ਖਾਲਸਾ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਇੱਕ ਸਿਆਸੀ ਪਾਰਟੀ ਬਣਾਉਣ ਦਾ। ਉਹਨਾਂ ਨੇ ਕਿਹਾ ਕਿ ਪੰਜਾਬ ਚਾਹੁੰਦਾ ਵੀ ਜਿਹੜੀ ਬਾਈ ਦੀਪ ਸਿੱਧੂ ਨੇ ਜਥੇਬੰਦੀ ਪੰਜਾਬ ਵਾਰਸ ਦੇ ਬਣਾਈ ਸੀ, ਵਾਰਸ ਪੰਜਾਬ ਦੀ, ਅਤੇ ਉਹਨੂੰ ਕਾਇਮ ਕਰਨ, ਉਸ ਨੂੰ ਰੱਖਣ, ਹੋਰਨਾਂ ਵੀ ਬਣਾਉਣ ਪਾਰਟੀ ਬਣਾਉਣ ਦੀ ਕੀ ਲੋੜ ਆ। ਜਦੋਂ ਆਹ ਹੋਈ ਆ ਜਿਹੜੀ ਹੁਣ ਚੱਲ ਰਹੀ ਆ ਬਾਈ ਦੇ ਵਿੱਚ ਹੋਈ ਆ, ਉਸ ਟਾਈਮ ਮੇਰੀ ਉਹਦੇ ਨਾਲ ਗੱਲ ਹੋਈ ਆ ਦੀਪ ਸਿੱਧੂ ਨਾਲ, ਕਹਿੰਦਾ ਬਾਬਾ ਜੀ ਵੀ ਐਤਕੀ ਨਾ ਨਹੀਂ ਮੈਂ ਖੜਨਾ, ਜੇ ਖੜ ਵੀ ਗਿਆ ਤਾਂ ਲੋਕਾਂ ਨੇ ਵੋਟ ਕੋਈ ਨਹੀਂ ਪਾਉਣੀ। 2027 ਦੇ ਵਿੱਚ ਉਹਦੇ ਵਿੱਚ ਅਸੀਂ ਗਰਾਊਂਡ ਪੱਧਰ 'ਤੇ ਜਿਹੜੀ ਤਿਆਰੀ ਕਰ ਲੈਣੀ ਅਸੀਂ ਨੇ, ਅਤੇ ਉਸ ਵਿੱਚ ਅਸੀਂ ਇਲੈਕਸ਼ਨ ਜਿੱਤਾਂਗੇ, ਅਸੀਂ ਸਰਕਾਰ ਹੀ ਬਣਾਵਾਂਗੇ। ਇਹ ਉਹਦਾ ਸੁਪਨਾ ਸੀਗਾ, ਇਹ ਉਹਦੀ ਮਨਸਾ ਸੀ, ਇਹ ਉਹਦੀ ਸੋਚ ਸੀ। ਵਾਰਸ ਪੰਜਾਬ ਦੀ ਜਥੇਬੰਦੀ ਆ ਇਹੀ, ਇਹਨੂੰ ਜਿਹੜੀ ਸਿਆਸੀ ਰੰਗਤ ਦਿੱਤੀ ਜਾਵੇ, ਸਿਆਸੀ ਜਿਹੜੀ ਜਥੇਬੰਦੀ ਦੇ ਵਿੱਚ ਬਦਲਿਆ ਜਾਵੇ, ਇਸੇ ਇਹਦੇ ਨਿਸ਼ਾਨ ਥੱਲੇ ਜਿਹੜੀਆਂ ਚੋਣਾਂ ਇਲੈਕਸ਼ਨ ਲੜੀਆਂ ਜਾਣ। ਕੋਈ ਲੋੜ ਨਹੀਂ ਹੈਗੀ ਸਾਡੇ ਕੋਲ ਵਾਰਸ ਪੰਜਾਬ ਦੇ, ਅਤੇ ਅਸੀਂ ਸ਼ਾਨ ਦੇ ਨਾਲ ਜਿਹੜੀ ਹੈਗੀ ਸਰਕਾਰ ਬਣਾਵਾਂਗੇ। ਕਹਿਣਾ ਚਾਹੀਦਾ ਜਿਹੜੇ ਕਹਿੰਦੇ ਨੇ ਵੀ ਅਸੀਂ ਨਵੀਆਂ ਪਾਰਟੀ, ਬਹੁਤ ਪਹਿਲਾਂ ਪਾਰਟੀ। ਅਕਾਲੀ ਦਲ ਵੀ ਬੰਦੀ ਸਿੰਘਾਂ ਦੀ ਗੱਲ ਕਰਦੀ ਹੈ, ਪਰ ਉਹ ਜਿਹੜੀ ਤਵੱਜੋ ਜ਼ਿਆਦਾ ਹੈ ਉਹ ਰਾਜੋਆਣਾ ਸਾਹਿਬ ਨੂੰ ਦਿੰਦੀ ਹੈ, ਇੱਧਰ ਬਾਕੀ ਬੰਦੀ ਸਿੰਘਾਂ ਵੱਲੋਂ ਆਉਂਦੀ ਨਹੀਂ। ਕੀ ਲੱਗਦਾ ਕਿ ਇਹਦੇ ਵਿੱਚ ਵੀ ਕੋਈ ਸਿਆਸੀ ਮੰਤਵ ਹੈ? ਜਿਹੜੇ ਭੈਣ ਜੀ ਨੇ ਉਹ ਵੀ ਅਕਾਲੀ ਦਲ ਵੱਲੋਂ ਚੋਣਾਂ ਲੜ ਚੁੱਕੇ ਨੇ, ਅਤੇ ਰਾਜੋਆਣਾ ਸਾਹਿਬ ਵੀ ਜੇਲ੍ਹ ਦੇ ਵਿੱਚੋਂ ਖੁੱਲ੍ਹ ਕੇ ਹਮਾਇਤ ਜਿਹੜੀ ਆ ਉਹ ਅਕਾਲੀ ਦਲ ਦੀ ਕਰਦੇ। ਜਵਾਨੀ ਵੱਡੀ ਆ, ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ, ਪਰ ਉਹਨਾਂ ਨੂੰ ਜਿਹੜੇ ਸਟੈਂਡ ਖੜ੍ਹਦੇ, ਜਿਹੜੇ ਪਾਸੇ ਖੜ੍ਹਦੇ ਨੇ ਉਹ ਗਲਤ ਆ, ਉਹ ਗਲਤ ਸਟੈਂਡ ਆ ਬਾਦਲ ਕਿਆਂ ਦੇ ਨਾਲ ਖੜ੍ਹਨਾ। ਬਲਵੰਤ ਸਿੰਘ ਰਾਜੋਆਣੇ ਦੀ ਭੈਣ ਖੜ੍ਹੀ ਤੀ, ਫਿਰ ਲੋਕਾਂ ਨੇ ਜਿੱਤਿਆ ਕਿਉਂ ਨਹੀਂ? ਉਹ ਆਜ਼ਾਦ ਖੜ੍ਹਦੀ ਜਿੱਤ ਜਾਂਦੀ, ਆਜ਼ਾਦ ਖੜ੍ਹਿਆ ਉਹ ਖੜ੍ਹ ਜਿੱਤ ਗਿਆ। ਸਰਬਜੀਤ ਸਿੰਘ ਨੂੰ ਕੌਣ ਜਾਣਦਾ ਸੀਗਾ? ਕਾਗਜ਼ ਭਰਨ ਤੱਕ ਨਹੀਂ ਉਹਨੂੰ ਲੋਕਾਂ ਦਾ ਪਤਾ ਸੀ ਵੀ ਕੌਣ ਆ ਇਹ, ਕੌਣ ਆ। ਅਤੇ ਜਦੋਂ ਉਹਨੂੰ ਪਤਾ ਲੱਗ ਗਿਆ ਲੋਕਾਂ ਨੂੰ, ਉਹ ਜਿਤਾ ਤਾ। ਸਤਿ ਸ਼੍ਰੀ ਅਕਾਲ, ਹਮਦਰਦ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਅਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਹਰਿਆਣੇ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਅਤੇ ਉੱਥੇ ਹੀ ਡੇਰਾ ਸਾਧ ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮਿਲ ਗਈ ਹੈ। ਚੋਣ ਕਮਿਸ਼ਨ ਦੇ ਵੱਲੋਂ ਵੀ ਉਸਦੀ ਪੈਰੋਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਸੋ ਜਿਹੜੀਆਂ ਇਲਜ਼ਾਮ ਵਿਰੋਧੀ ਧਿਰਾਂ ਲਾਉਂਦੀਆਂ ਨੇ ਕਿ ਰਾਮ ਰਹੀਮ ਦਾ ਡੇਰਾ ਜਿਹੜਾ ਉਹ ਮੁੱਖ ਭੂਮਿਕਾ ਨਿਭਾਉਂਦਾ ਹੈ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਵਿੱਚ, ਸੋ ਹੁਣ ਚੋਣਾਂ ਦੇ ਐਨ ਮੌਕੇ 'ਤੇ ਆ ਕੇ ਰਾਮ ਰਹੀਮ ਨੂੰ ਪੈਰੋਲ ਮਿਲ ਜਾਣਾ ਅਤੇ ਉਸ ਤੋਂ ਬਾਅਦ ਉਸਦਾ ਜੇਲ੍ਹ 'ਚੋਂ ਬਾਹਰ ਆ ਜਾਣਾ ਕਿਤੇ ਨਾ ਕਿਤੇ ਸਵਾਲ ਤਾਂ ਜ਼ਰੂਰ ਖੜ੍ਹੇ ਕਰਦਾ ਹੈ। ਅਤੇ ਇਸ ਨੂੰ ਲੈ ਕੇ ਹਮੇਸ਼ਾ ਸਿੱਖ ਸੰਸਥਾਵਾਂ ਅਤੇ ਸਿੱਖੀ ਦੇ ਨਾਲ ਜੁੜੇ ਹੋਏ ਲੋਕ ਹਮੇਸ਼ਾ ਇਸ ਚੀਜ਼ ਨੂੰ ਲੈ ਕੇ ਨਾਰਾਜ਼ਗੀ ਜਤਾਉਂਦੇ ਨੇ। ਅਤੇ ਉੱਥੇ ਦੂਸਰੇ ਪਾਸੇ ਬੰਦੀ ਸਿੰਘ ਮੋਰਚਾ ਜਿਹੜਾ ਮੋਹਾਲੀ ਦੇ ਬਾਈਪੀਐਸ ਚੌਂਕ ਦੇ ਉੱਤੇ ਲੱਗਾ ਹੈ, ਉੱਥੇ ਵੀ ਇਸ ਚੀਜ਼ ਨੂੰ ਲੈ ਕੇ ਨਾਰਾਜ਼ਗੀ ਦੇਖਣ ਨੂੰ ਮਿਲਦੀ ਹੈ। ਸੋ ਬਾਈਪੀਐਸ ਚੌਂਕ ਦੇ ਵਿੱਚ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਆ ਪਹੁੰਚੇ ਹਾਂ। ਸੋ ਮੇਰੇ ਨਾਲ ਮੌਜੂਦ ਨੇ ਜਥੇਦਾਰ ਰਾਜਾ ਰਾਜ ਸਿੰਘ ਜੀ। ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਕਿਵੇਂ ਦੇਖਦੇ ਹੋ ਕਿ ਰਾਮ ਰਹੀਮ ਨੂੰ ਹੁਣ ਫਿਰ 11ਵੀਂ ਵਾਰ ਜਿਹੜੀ ਆ ਪੈਰੋਲ ਮਿਲ ਗਈ ਹੈ? ਹਾਲੇ 3 ਸਤੰਬਰ ਨੂੰ ਹੀ ਜੇਲ੍ਹ ਦੇ ਅੰਦਰ ਮੁੜ ਤੋਂ ਆਪਣੀ ਪੈਰੋਲ ਕੱਟ ਕੇ ਗਿਆ ਸੀ ਅਤੇ ਫਿਰ ਬਾਹਰ ਆ ਗਿਆ। ਦੇਖੋ, ਜਿਹੜੀ ਇਹ ਪਰੋਲਾਂ ਨੇ ਰਾਮ ਰਹੀਮ ਨਾਲ, ਇਹਨਾਂ ਦੇ ਗੂੜੇ ਸੰਬੰਧ ਨੇ ਸਰਕਾਰਾਂ ਦੇ। ਸਰਕਾਰ ਉਹਨਾਂ ਦੀ ਪਨਸਤ ਪਨਾਹੀ ਕਰ ਰਹੀ ਆ, ਸਹਿ ਅਤੇ ਸਾਰਾ ਕੁਛ ਇਹ ਕਰ ਰਹੇ ਨੇ। ਵੱਡੇ ਵੱਡੇ ਸੰਪਰਦਾਵਾਂ ਡੇਰਿਆਂ ਵਾਲੇ ਸਾਧ ਨੇ ਜਿਹੜੇ, ਅਤੇ ਇਹਨਾਂ ਕੋਲ ਵੋਟ ਬੈਂਕ ਵੀ ਆ, ਇਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਆ। ਸਰਕਾਰਾਂ ਨੂੰ ਇਹ ਹੋ ਜਾਂਦਾ ਵੀ ਖਾਨੀ ਇਹ ਸਾਨੂੰ ਇਲੈਕਸ਼ਨ ਜਿਤਾ ਦੇਣਗੇ,
ਪਰ ਉਹਨਾਂ ਦਾ ਭਰਮ ਭੁਲੇਖਾ ਹੀ ਹੁੰਦਾ, ਜਤਾਉਣਾ ਜਤਾਉਣਾ ਕੱਖ ਨਹੀਂ ਇਹਨਾਂ ਦੇ ਡੇਰੇ, ਇਹਨਾਂ ਦੇ ਜਿਹੜੇ ਪੈਰੋਕਾਰ ਨੇ ਕੱਖ ਨਹੀਂ, ਉਹ ਉਹਨਾਂ ਦੇ ਪੱਲੇ ਦੱਲੇ ਕੱਖ ਨਹੀਂ ਹੈਗਾ, ਨਾ ਇਹਨਾਂ ਦੀ ਗੱਲ ਮੰਨਦੇ ਨੇ। ਪਰ ਇੱਕ ਵਹਿਮ ਬਣਿਆ ਹੋਇਆ ਸਰਕਾਰ ਨੂੰ, ਭੁਲੇਖਾ ਸਰਕਾਰ ਦਾ ਵੀ ਅਸੀਂ ਖਬਰ ਨਹੀਂ ਇਹਨਾਂ ਕਰਕੇ ਜਿੱਤ ਜਾਵਾਂਗੇ, ਉਹ ਕੋਈ ਗੱਲ ਐਸੀ ਹੁੰਦੀ ਨਹੀਂ ਹੈਗੀ। ਉਹਨਾਂ ਦੇ ਚੱਕਰ ਦੇ ਵਿੱਚ ਹੀ ਉਹਨਾਂ ਨੂੰ ਪਰੋਲਾਂ ਦੇਈ ਜਾਂਦੇ ਨੇ, ਉਹਨਾਂ ਦੀਆਂ ਸਜ਼ਾਵਾਂ ਮਾਫ ਕਰ ਦਿੰਦੇ ਨੇ ਅਤੇ ਉਹਨਾਂ ਦੇ ਇਹ ਸੇਵਕ ਬਣ ਜਾਂਦੇ ਨੇ ਅਤੇ ਅਸੀਂ ਨਿੰਦਿਆ ਕਰਦੇ ਹਾਂ ਸਰਕਾਰ ਦੀ। ਅਤੇ ਦੇਖੋ ਇੱਕ ਪਾਸੇ ਸਾਡੇ ਬੰਦੀ ਸਿੰਘ ਨੇ ਇੱਥੇ ਬੈਠਿਆਂ 2 ਸਾਲਾਂ ਦਾ ਸਮਾਂ ਹੋ ਰਿਹਾ, 2 ਮਹੀਨੇ ਘੱਟ ਰਹਿ ਗਏ, 2.5 ਸਾਲ ਦੇ ਉੱਤੇ ਹੋ ਗਿਆ ਸਮਾਂ। ਅਤੇ ਸਾਡੇ ਜਿਹੜੇ ਸਿੰਘ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਇਹਨਾਂ ਨੂੰ ਹਜੇ ਇੱਕ ਦਿਨ ਵੀ 28-30 ਸਾਲਾਂ ਦੇ ਵਿੱਚ ਇੱਕ ਦਿਨ ਵੀ ਇਹਨਾਂ ਨੂੰ ਪਰੋਲ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ ਉਹਨਾਂ ਨੂੰ? ਜਦੋਂ ਇਹਨਾਂ ਨੇ ਆਪਣੀਆਂ ਸਜ਼ਾਵਾਂ ਭੁਗਤ ਲਈਆਂ, ਇਹਨਾਂ ਨੂੰ ਸਜ਼ਾਵਾਂ ਮਰਡਰ ਕੇਸ ਦੇ ਵਿੱਚ 14 ਉਮਰ ਕੈਦ ਹੁੰਦੀ ਹੈ, 14 ਸਾਲ ਦੀ ਹੁੰਦੀ ਹੈ, ਇਹਨਾਂ ਨੇ 28-30 ਸਾਲ ਡਬਲ ਭੁਗਤ ਲਈ, ਇਹਨਾਂ ਨੂੰ ਕਾਹਦੀ ਸਜ਼ਾ ਦਿੱਤੀ ਆ, ਕਿਉਂ ਨਹੀਂ ਛੱਡਿਆ ਜਾਂਦਾ? ਅਤੇ ਇਹਨਾਂ ਨੂੰ ਅਜੇ ਤੱਕ ਪ੍ਰੋਬਲਮ ਨਹੀਂ ਦਿੱਤੀ। ਦੁੱਖ ਸਾਨੂੰ ਤਾਂ ਆਉਂਦਾ ਵੀ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ, ਅਤੇ ਉਹਨਾਂ ਉੱਤੇ ਕੋਈ ਐਡਾ ਸੰਗੀਨ ਕੋਈ ਧਾਰਾ ਜਾਂ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਆਉਂਦਾ, ਦੋਸ਼ ਸਿੱਧ ਹੋਏ ਹੀ ਨਹੀਂ ਹੈਗੇ। ਭਾਈ ਜਗਤਾਰ ਸਿੰਘ ਹਵਾਲਾ ਦੇ 27-28 ਕੇਸ 'ਤੇ ਉਹ ਸਾਰਿਆਂ 'ਚੋਂ ਵਰੀ ਹੋਇਆ, ਫਿਰ ਵੀ ਉਹਨੂੰ ਅੰਦਰ ਡੱਕਿਆ ਹੋਇਆ, ਫਿਰ ਵੀ ਉਹਨੂੰ ਪ੍ਰੋਬਲਮ ਨਹੀਂ ਦਿੱਤੀ ਜਾਂਦੀ, ਫਿਰ ਵੀ ਉਹਨੂੰ ਜ਼ਮਾਨਤ ਨਹੀਂ ਦਿੱਤੀ ਜਾਂਦੀ। ਦੂਜੇ ਪਾਸੇ ਇਹ ਸਾਧ ਆ ਜਿਹਦੇ ਉੱਤੇ ਮਰਡਰ ਦਾ ਕੇਸ ਦਾ ਵੀ ਇਹਨੂੰ ਸਜ਼ਾ ਹੋਈ ਆ, ਇਹਨੂੰ ਬਲਾਤਕਾਰ ਦੇ ਡਬਲ ਕੇਸ, ਇਹਨੂੰ 20 ਸਾਲ ਦੀ 10 ਸਾਲ ਦੀ ਕੈਦ ਹੋਈ ਆ, ਇਹਨੂੰ ਫਿਰ ਇਹਨੂੰ ਜਿਹੜੇ ਹੈਗੇ ਆ 1.5 ਮਹੀਨੇ ਬਾਅਦ ਇਹਨੂੰ ਪਰੋਲ ਦਿੱਤੀ ਜਾਂਦੀ ਆ, ਇਹਨੂੰ ਬਾਹਰ ਭੇਜਿਆ ਕੱਢਿਆ ਜਾਂਦਾ। ਕਿਉਂ? ਇਹ ਸਰਕਾਰਾਂ ਨਾਲ ਇਹਨਾਂ ਦੀ ਮਿਲੀ ਭੁਗਤ ਆ, ਅਤੇ ਵੋਟਾਂ ਦੇ ਚੱਕਰ ਦੇ ਵਿੱਚ ਇਹ ਸਾਰਾ ਕੁਛ ਹੋ ਰਿਹਾ। ਇਹਨੂੰ ਹੌਲੀ ਹੌਲੀ ਇਹਦੀ ਜਿਹੜੀ ਹੈਗੀ ਕਤਲ ਦੇ ਕੇਸ ਦੇ ਵਿੱਚ ਮਾਫ ਵੀ ਸਜ਼ਾ ਕਰਤੀ ਆ, ਹੌਲੀ ਹੌਲੀ ਇਹਨੂੰ ਬਾਹਰੇ ਕੱਢ ਦੇਣਗੇ ਵੀ ਇਹਦੇ ਚਾਲ ਚੱਲਣ ਠੀਕ ਨੇ। ਇਸ ਦੇ ਚਾਲ ਚੱਲਣ ਕਾਹਦੇ ਠੀਕ ਹੋ ਗਏ? ਇਹਨਾਂ ਨੇ ਤਾਂ ਕੋਈ ਜਿਹੜੀ ਬੱਚੀ ਆ ਕੋਈ ਬਖਸ਼ੀ ਕੋਈ ਨਹੀਂ ਉੱਥੇ, ਅਤੇ ਕੋਈ ਕੁਛ ਨਹੀਂ। ਜਦੋਂ ਇਹਨੂੰ ਫੜਿਆ ਉਦੋਂ ਉੱਥੋਂ ਕੀ ਨਹੀਂ ਮਿਲਿਆ ਉਸ, ਇਹਦੇ ਕਿੰਨੇ ਬੰਦੇ ਇਹਨਾਂ ਨੇ ਨਪੁੰਸਕ ਬਣਾ ਤੇ, 500 ਬੰਦਾ ਨੇ ਨਪੁੰਸਕ ਬਣਾ ਤਾ, ਉਹਨਾਂ ਦਾ ਹਿਸਾਬ ਕਿਤਾਬ ਜੇ ਉਹ ਕੁਛ ਕੇਸ ਚੱਲੀ ਜਾਂਦੇ ਨੇ ਉਹ ਕੌਣ ਦਊਗਾ? ਇਹ ਤਾਂ ਸਾਰੀ ਉਮਰ ਵਾਸਤੇ ਬਾਹਰੇ ਨਿਕਲਣਾ ਹੀ ਚਾਹੀਦਾ ਸੀ ਬੰਦਾ। ਅਤੇ ਇਹਨੂੰ ਸਰਕਾਰਾਂ ਇਹਨੂੰ ਜਿਹੜਾ ਹੈਗਾ 11ਵੀਂ ਵਾਰ ਪਰੋਲ ਦਿੱਤੀ ਜਾ ਰਹੀ ਆ, ਕੀ ਰਿਸ਼ਤੇਦਾਰੀ ਇਹਨਾਂ ਦੀ? ਕੀ ਇਹਨਾਂ ਦਾ ਜਮਾਈ ਲੱਗਦਾ ਪੁੱਛਦਾ ਚਾਹੁੰਦਾ? ਕੀ ਰਿਸ਼ਤੇਦਾਰੀ ਆ ਤੁਹਾਡੀ ਉਹਨਾਂ ਨਾਲ? ਰਿਸ਼ਤੇਦਾਰ ਸਿਰਫ ਇਹੀ ਆ ਵੀ ਉਹਨਾਂ ਕੋਲ ਪੈਸਾ ਜ਼ਿਆਦਾ, ਉਹਦੇ ਕੋਲ ਵੋਟ ਬੈਂਕ ਆ, ਅਤੇ ਸਰਕਾਰਾਂ ਨੂੰ ਇਸ ਗੱਲਾਂ ਦਾ ਭੁਲੇਖਾ। ਉਦੋਂ ਪਹਿਲਾਂ ਵੀ ਬਹੁਤ ਵਾਰੀ ਵੋਟਾਂ ਹੋਈਆਂ ਨੇ, ਇਹਦਾ ਜਮਾਈ ਖੜਾ ਸੀ ਇੱਥੇ ਸਾਡੇ ਇੱਥੇ ਪੰਜਾਬ ਦੇ ਵਿੱਚ, ਉਹ ਸਾਰੇ ਹਾਰ ਗਏ ਅਤੇ ਉਹਦਾ ਜਿਤਾ ਨਹੀਂ ਸਕੇ ਇਹ ਉਹਨੂੰ ਉਸ ਬੰਦੇ ਨੂੰ, ਅਤੇ ਦੂਜੇ ਬੰਦੇ ਕਿਸੇ ਜਿੱਤ ਲੈਣਗੇ ਸਾਰੇ ਹਾਰਨਗੇ ਜੀ। ਜਥੇਦਾਰ ਸਾਹਿਬ, ਜੇਕਰ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ, ਸੋ ਹੁਣ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਵੱਲੋਂ ਵੀ ਸੁਪਰੀਮ ਕੋਰਟ ਦਾ ਰੁੱਖ ਕੀਤਾ ਗਿਆ, ਪੰਜਾਬ ਦੀ ਜੇਲ੍ਹ 'ਚ ਟ੍ਰਾਂਸਫਰ ਦਾ ਮਾਮਲਾ ਹੈ। 31 ਕੇਸ ਜਿਹੜਾ ਨੇ ਹਵਾਰਾ ਸਾਹਿਬ ਦੇ ਉੱਤੇ ਚੱਲ ਰਹੇ ਸੀ, ਉਹਦੇ ਵਿੱਚੋਂ 30 ਕੇਸਾਂ 'ਚੋਂ ਬਰੀ ਹੋ ਗਏ ਨੇ, 1 ਕੇਸ ਜਿਹੜਾ ਰਹਿੰਦਾ ਉਹ ਵੀ ਪੰਜਾਬ ਦੇ ਵਿੱਚ ਹੀ ਹੈ। ਸੋ ਉਹਨਾਂ ਨੇ ਅਪੀਲ ਕੀਤੀ ਹੈ ਸਰਕਾਰ ਨੂੰ ਅਤੇ ਹਾਈ ਕੋਰਟ ਨੂੰ ਕਿ ਸੁਪਰੀਮ ਕੋਰਟ ਨੂੰ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਦੀ ਜੇਲ੍ਹ 'ਚ ਕਿਸੇ ਵੀ ਜੇਲ੍ਹ 'ਚ ਟ੍ਰਾਂਸਫਰ ਕੀਤਾ ਜਾਵੇ। ਅਤੇ ਹੁਣ ਸਰਕਾਰਾਂ ਤੋਂ ਸਵਾਲ ਜਿਹੜਾ ਕੀਤਾ ਹੈ ਸੁਪਰੀਮ ਕੋਰਟ ਨੇ, ਪਰ ਉੱਥੇ ਹਮੇਸ਼ਾ ਪਹਿਲਾਂ ਵੀ ਦੇਖਿਆ ਗਿਆ ਕਿ ਸਰਕਾਰਾਂ ਇਹ ਕਹਿ ਕੇ ਟਾਲ ਦਿੰਦੀਆਂ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਗੇ, ਇਸ ਮੁੱਦੇ ਨੂੰ ਕਿਵੇਂ ਦੇਖਦੇ? ਪਹਿਲਾਂ ਮੈਨੂੰ ਦੱਸੋ ਵੀ ਮਾਹੌਲ ਖਰਾਬ ਕਿਉਂ ਹੋਊਗਾ? ਸਾਡੇ ਲੋਕ ਤਾਂ ਖੁਸ਼ ਹੋਣਗੇ ਜੀ, ਪੰਜਾਬ ਦੇ ਲੋਕ ਤਾਂ, ਪੰਜਾਬ 'ਚ ਸ਼ਾਂਤੀ ਆਜੂਗੀ। ਜਿਹੜੇ ਰੌਲੇ ਰੱਪੇ ਵਾਧੂ ਘੱਟ ਸਾਡੇ ਆਪਦੇ ਲੋਕ ਬੇਈਮਾਨ ਪਾਈ ਜਾਂਦੇ ਨੇ ਨਾ, ਪੰਜਾਬ ਉਹਨੇ ਲੁੱਟ ਕੇ ਖਾ ਲਿਆ, ਜਿਹੜੇ ਬਹੁਤ ਕੁਛ ਹੋ ਰਿਹਾ ਪੰਜਾਬ ਦੇ ਵਿੱਚ, ਉਹ ਸਾਰਿਆਂ ਨੂੰ ਠੱਲ ਪੈ ਜੂ ਉਹਨਾਂ ਦੇ ਆਉਣ ਨਾਲ, ਸਾਰੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ਜੇ ਉਹ ਬਾਹਰ ਆ ਗਏ।
ਅਤੇ ਕਿਸੇ ਨੇ ਜਿਹੜੇ ਡੇਰੇਦਾਰ ਨੇ ਖੰਘਣਾ ਕੋਈ ਨਹੀਂ, ਕਿਤੇ ਬਲਾਤਕਾਰ ਹੋ ਜਾਂਦਾ, ਕਿਤੇ ਲੁੱਟਾਂ ਹੁੰਦੀਆਂ ਨੇ, ਕਿਤੇ ਕੁਛ ਹੁੰਦਾ। ਅਤੇ ਜਿਹੜੇ ਸਾਡੇ ਪੰਜਾਬ ਦੇ ਹੱਕ ਉਹ ਦੱਬੇ ਜਾ ਰਹੇ ਨੇ, ਸਾਰੇ ਉਹ ਸਾਨੂੰ ਮਿਲ ਜਾਣਗੇ ਜੇ ਉਹ ਭਾਈ ਜਗਤਾਰ ਸਿੰਘ ਹਵਾਰੇ ਹੋਣੀ ਬਾਹਰ ਆ ਜਾਣ ਤਾਂ। ਮਾਹੌਲ ਖਰਾਬ ਨਹੀਂ ਹੁੰਦਾ, ਉਹਨਾਂ ਮਾਹੌਲ ਸ਼ਾਂਤ ਹੋਊਗਾ, ਖੁਸ਼ਗਵਾਰ ਹੋਊਗਾ ਪੰਜਾਬ ਦਾ ਮਾਹੌਲ। ਇੱਥੇ ਇੱਕ ਇਹ ਵੀ ਕਨਫਲਿਕਟ ਪੈਦਾ ਹੋ ਜਾਂਦਾ ਹੈ ਕਿ ਅੱਧੀ ਕਮਿਊਨਿਟੀ ਇਹ ਹੈ ਜਿਹੜੀ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੀ ਹੈ, ਅਤੇ ਉੱਥੇ ਹੁਣ ਅੱਧੀ ਕਮਿਊਨਿਟੀ ਇਹ ਹੈ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਮੌਜੂਦਾ ਜਥੇਦਾਰ ਨੇ, ਉਹਨਾਂ ਨੂੰ ਜਥੇਦਾਰ ਮੰਨਦੀ ਹੈ। ਕੀ ਲੱਗਦਾ ਹੈ ਕਿ ਕਈ ਪੰਥਕ ਧਿਰਾਂ ਵੀ ਇਸ ਦੇ ਵਿੱਚ ਨੇ ਕਿ ਹਵਾਰਾ ਸਾਹਿਬ ਬਾਹਰ ਨਾ ਆਉਣ ਜਾਂ ਕੋਈ ਵੀ ਬੰਦੀ ਸਿੰਘ ਬਾਹਰ ਨਾ ਆਵੇ? ਇਹਦੇ ਵਿੱਚ ਕੋਈ ਪੰਥਕ ਧਿਰਾਂ ਸਾਰੀਆਂ ਜਥੇਦਾਰ ਹਵਾਰ ਸਿੰਘ ਜਗਤਾਰ ਸਿੰਘ ਹਵਾਰੇ ਦੇ ਨਾਲ ਨੇ। ਇਹਦਾ ਇੱਕ ਬਾਦਲ ਦਲੀਏ ਨੇ ਜਿਹੜੇ ਆਰ ਐੱਸ ਐੱਸ ਦੇ ਪਿੱਠੂ ਰਹੇ ਨੇ, ਉਹਨਾਂ ਨਾਲ ਇਹਨਾਂ ਦੀਆਂ ਜਾ ਰਹੀਆਂ ਰਹੀਆਂ ਨੇ, ਬੀ ਜੇ ਪੀ ਨਾਲ ਜਾ ਰਹੀਆਂ ਰਹੀਆਂ ਨੇ। ਮੋਹਨ ਭਗਤ ਦੇ ਪੈਰਾਂ 'ਚ ਡਿੱਗਦਾ ਰਿਹਾ ਬਾਦਲ, ਇਹ ਉੱਥੇ ਰਾਮ ਰਹੀਮ ਦਾ ਜਾ ਕੇ ਗੋਡੇ ਟੇਕਦੇ ਰਹੇ ਨੇ ਬਾਦਲ ਦਲੀਏ। ਇਹ ਨਹੀਂ ਚਾਹੁੰਦੇ ਵੀ ਉਹ ਜਗਤਾਰ ਸਿੰਘ ਹਵਾਰਾ ਜਥੇਦਾਰ ਆਵੇ, ਇਹ ਉਹਨਾਂ ਦੇ ਲਾਏ ਹੋਏ ਨੇ, ਇਹਨਾਂ ਨੂੰ ਕੋਈ ਇੰਨਾ ਉਹ ਨਹੀਂ, ਅਹਿਮੀਅਤ ਨਹੀਂ ਦਿੱਤੀ ਜਾਂਦੀ। ਸਾਰੇ ਜਗਤਾਰ ਸਿੰਘ ਹਵਾਰਾ ਦੀ ਪਿੱਠ 'ਤੇ ਨੇ, ਜਿੰਨਾ ਚਿਰ ਉਹ ਜੇਲ੍ਹ 'ਚ ਨੇ, ਜਦੋਂ ਇੱਕ ਵਾਰੀ ਬਾਹਰ ਕੱਢਣ ਦਾ ਸਹੀ, ਫਿਰ ਪਤਾ ਲੱਗ ਜੂਗਾ ਵੀ ਕਿਹੜਾ ਜੱਸਾ ਅਦਾਰਾ ਅਸਲੀ ਆ, ਕਿਹੜਾ ਨਕਲੀ ਆ। ਇਸ ਕਰਕੇ ਸਾਰਾ ਸਤਿਕਾਰ ਆ ਸਾਡਾ ਅਕਾਲ ਤਖ਼ਤ ਸਾਹਿਬ ਨੂੰ, ਸਿਰ ਝੁਕਦਾ, ਪਰ ਉੱਥੇ ਮਾੜੇ ਬੰਦੇ ਜਿਹੜੇ ਜਦੋਂ ਬੈਠ ਜਾਣ ਨਾ, ਉਦੋਂ ਫਿਰ ਸਿੱਖੀ ਦਾ ਬੇੜਾ ਗਰਕ ਹੋ ਜਾਂਦਾ। ਇਹ ਸਾਰੇ ਜਿਹੜੇ ਹੈਗੇ BJP ਦੇ ਨਾਲ ਰਹੇ ਨੇ, ਇਹ ਸਾਰੇ ਹੀ ਦੋਸ਼ੀ ਨੇ ਬਾਦਲ ਕੇ। ਇਹ ਨਹੀਂ ਚਾਹੁੰਦੇ ਵੀ ਜਗਤਾਰ ਸਿੰਘ ਹਵਾਰਾ ਬਾਹਰ ਆਵੇ, ਇਹ ਨਹੀਂ ਚਾਹੁੰਦੇ ਵੀ ਹੋਰ ਜਿਹੜੇ ਬੰਦੀ ਸਿੰਘ ਨੇ ਬਾਹਰ ਆਉਣ। ਜੇ ਇਹ ਚਾਹੁੰਦੇ ਹੁੰਦੇ ਉਹਨਾਂ ਨੂੰ, ਫਿਰ ਜਦੋਂ ਇਹਨਾਂ ਕੋਲ ਤਾਕਤ ਸੀ, 10 ਸਾਲ ਲਗਾਤਾਰ ਇਹਨਾਂ ਨੇ ਮੁੱਖ ਮੰਤਰੀ 5 ਵਾਰੀ, ਜਿਹੜਾ ਵੱਡਾ ਬਾਦਲ ਮਰ ਗਿਆ ਉਹ ਮੁੱਖ ਮੰਤਰੀ ਰਿਹਾ, 10 ਸਾਲ ਲਗਾਤਾਰ ਇਹਨਾਂ ਦੀ ਵਜ਼ਾਰਤ ਰਹੀ ਆ, ਸਰਕਾਰ ਰਹੀ ਆ, ਅਤੇ ਫਿਰ ਮੰਤਰੀ ਇਹਦੇ ਘਰ ਵਾਲੀ ਵੀ ਉੱਥੇ ਜਿਹੜੀ ਹੈਗੀ ਸਿਮਰੋਹ ਰਹੀ ਆ ਕੇਂਦਰ ਦੇ ਵਿੱਚ। ਜੇ ਇਹ ਉਦੋਂ ਮਤਾ ਪਾ ਦਿੰਦੇ, ਤਾਮਿਲਨਾਡੂ ਦੇ ਵਿੱਚ ਮਤਾ ਪਾਇਆ ਗਿਆ ਰਾਜੀਵ ਗਾਂਧੀ ਦੇ ਜਿਹੜੇ ਸੀਗੇ ਉਹ ਕਾਦਲ, ਉਹ ਬਾਹਰ ਹੀ ਆ ਗਏ ਬਾਈਜਤ, ਉਹਨਾਂ ਨੇ ਬਾਹਰ ਹੀ ਲਿਆਂਦਾ, ਉਹਨਾਂ ਨੂੰ ਸਨਮਾਨ ਦੇ ਨਾਲ ਰੱਖਿਆ ਗਿਆ। ਉਹਨਾਂ ਦੇ ਆਉਣ ਨਾਲ ਤਾਂ ਤਾਮਿਲਨਾਡੂ ਦਾ ਮਾਹੌਲ ਖਰਾਬ ਨਹੀਂ ਹੋਇਆ, ਅਤੇ ਸਾਡੇ ਸਿੱਖਾਂ ਦੇ ਨਾਲ ਹੀ ਹੋ ਜੂਗਾ। ਇਸ ਕਰਕੇ ਧੱਕਾ ਸਾਡੇ ਨਾਲ ਹੋ ਰਿਹਾ, ਸਾਡੇ ਆਪਦੇ ਗਦਾਰ ਨੇ। ਜੇ ਮਤਾ ਪਾ ਦਿੰਦੇ ਉਸ ਟਾਈਮ ਸਰਕਾਰ ਦੇ ਵਿੱਚ ਵੀ ਸਾਨੂੰ ਕੋਈ ਇਹਨਾਂ ਨੂੰ ਖਤਰਾ ਨਹੀਂ ਹੈਗਾ, ਪੰਜਾਬ ਨੂੰ ਸਾਰਾ ਛੱਡੇ, ਜਿਹੜੀ ਛੱਡਦੀ ਸਰਕਾਰ ਇਹ ਨਹੀਂ ਛੱਡਣ ਦਿੰਦੇ ਬਾਦਲ ਕੇ, ਕਾਂਗਰਸ ਵਾਲੇ ਨਹੀਂ ਛੱਡਣ ਦਿੰਦੇ ਇਹਨਾਂ ਨੂੰ। ਇਹਨਾਂ ਨੂੰ ਜਿਹੜੇ ਪਤਾ ਵੀ ਸਾਡੀ ਕੁਰਸੀਆਂ ਹੋ ਜਾਣਗੀਆਂ, ਆਹ ਬਿਮਾਰੀ ਆ, ਹੋਰ ਕੋਈ ਬਿਮਾਰੀ ਨਹੀਂ ਹੈਗੀ, ਅਤੇ ਇਸ ਕਰਕੇ ਕੋਈ ਖਤਰਾ ਨਹੀਂ ਪੰਜਾਬ ਨੂੰ। ਪੰਜਾਬ ਖੁਸ਼ਗਵਾਰ ਹੋਊਗਾ ਜੇ ਜਥੇਦਾਰ ਸਾਹਿਬ ਬਾਹਰ ਆਉਂਦੇ ਨੇ, ਬੰਦੀ ਸਿੰਘ ਜਦੋਂ ਉਹਨਾਂ ਨੇ ਸਜ਼ਾਵਾਂ ਭੁਗਤ ਲਈਆਂ, ਫਿਰ ਉਹ ਇਹ ਕਾਨੂੰਨ ਦੀ ਉਲੰਘਣਾ ਸਰਕਾਰ ਕਰਦੀ, ਅਸੀਂ ਨਹੀਂ ਕਰਦੇ, ਸੰਵਿਧਾਨ ਦੀ ਉਲੰਘਣਾ ਸਰਕਾਰ ਕਰ ਰਹੀ ਆ, ਧੱਜੀਆਂ ਸੰਵਿਧਾਨ ਦੀਆਂ ਕਾਨੂੰਨ ਦੀਆਂ ਸਰਕਾਰਾਂ ਉਡਾ ਰਹੀਆਂ ਨੇ। ਜਦੋਂ ਉਹਨਾਂ ਨੇ ਸਜ਼ਾਵਾਂ ਕੱਟ ਲਈਆਂ, ਫਿਰ ਕਿਸੇ ਦਾ ਹੱਕ ਹੀ ਨਹੀਂ ਬਣਦਾ, ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਫਿਰ ਉਹਨੂੰ ਇੱਕ ਦਿਨ ਵੀ ਜਿਹੜੀ ਸਰਕਾਰ ਜੇਲ੍ਹ 'ਚ ਨਹੀਂ ਰੱਖ ਸਕਦੀ। ਇਹਨਾਂ ਨੂੰ ਤਾਂ 28-28 ਸਾਲ ਹੋ ਗਏ, 30-30, 32-32 ਸਾਲ ਹੋ ਗਏ ਇਹਨਾਂ ਨੂੰ ਤਾਂ, ਇਹ ਕਿਹੜੇ ਕਾਨੂੰਨ ਤਹਿਤ ਰੱਖੇ ਹੋਏ ਨੇ ਦੱਸੋ ਤਾਂ ਸਹੀ, ਹੁਣ ਹਿਊਮਨ ਰਾਈਟਸ 'ਚ ਕਿੱਧਰ ਗਿਆ ਜੀ? ਜਥੇਦਾਰ ਸਾਹਿਬ, ਇੱਕ ਸਵਾਲ ਤੁਹਾਡੇ ਤੋਂ ਹੋਰ ਲੈਣਾ ਚਾਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਬੰਦੀ ਸਿੰਘਾਂ ਦੀ ਗੱਲ ਕਰਦੀ ਹੈ, ਪਰ ਉਹ ਜਿਹੜੀ ਤਵੱਜੋ ਜ਼ਿਆਦਾ ਹੈ ਉਹ ਰਾਜੋਆਣਾ ਸਾਹਿਬ ਨੂੰ ਦਿੰਦੀ ਹੈ, ਇੱਧਰ ਬਾਕੀ ਬੰਦੀ ਸਿੰਘਾਂ ਵੱਲੋਂ ਆਉਂਦੀ ਨਹੀਂ। ਕੀ ਲੱਗਦਾ ਕਿ ਇਹਦੇ ਵਿੱਚ ਵੀ ਕੋਈ ਸਿਆਸੀ ਮੰਤਵ ਹੈ, ਕਿਉਂਕਿ ਰਾਜੋਆਣਾ ਸਾਹਿਬ ਦੇ ਜਿਹੜੇ ਭੈਣ ਜੀ ਨੇ ਉਹ ਵੀ ਅਕਾਲੀ ਦਲ ਵੱਲੋਂ ਚੋਣਾਂ ਲੜ ਚੁੱਕੇ ਨੇ, ਅਤੇ ਰਾਜੋਆਣਾ ਸਾਹਿਬ ਵੀ ਜੇਲ੍ਹ ਦੇ ਵਿੱਚੋਂ ਖੁੱਲ੍ਹ ਕੇ ਹਮਾਇਤ ਜਿਹੜੀ ਆ ਉਹ ਅਕਾਲੀ ਦਲ ਦੀ ਕਰ ਦਿੰਦੇ? ਅਤੇ ਫਿਰ ਮੈਂ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਦੇਖੋ, ਉਹਨਾਂ ਦੀ ਕੁਰਬਾਨੀ ਵੱਡੀ ਆ, ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ, ਪਰ ਉਹਨਾਂ ਨੂੰ ਜਿਹੜੇ ਸਟੈਂਡ ਖੜ੍ਹਦੇ, ਜਿਹੜੇ ਪਾਸੇ ਖੜ੍ਹਦੇ ਨੇ ਉਹ ਗਲਤ ਆ, ਉਹ ਗਲਤ ਸਟੈਂਡ ਆ ਬਾਦਲ ਕਿਆਂ ਦੇ ਨਾਲ ਖੜ੍ਹਨਾ, ਚਾਹੇ ਰਾਜੋਆਣਾ ਚਾਹੇ ਖੇੜਾ ਸਾਹਿਬ ਆ। ਅਤੇ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਖੜ੍ਹੀ ਤੀ, ਫਿਰ ਲੋਕਾਂ ਨੇ ਜਿੱਤਿਆਈ ਕਿਉਂ ਨਹੀਂ, ਉਹ ਆਜ਼ਾਦ ਖੜ੍ਹਦੀ ਜਿੱਤ ਜਾਂਦੀ, ਜਦੋਂ ਗਲਤ ਬੰਦੇ ਨਾਲ ਖੜ੍ਹਨਾ ਫਿਰ ਹਾਰਨਾ ਹੀ ਆ।
ਅਤੇ ਅੰਮ੍ਰਿਤਪਾਲ ਆਜ਼ਾਦ ਖੜ੍ਹਿਆ, ਉਹ ਖੜ੍ਹ ਜਿੱਤ ਗਿਆ। ਸਰਬਜੀਤ ਸਿੰਘ ਨੂੰ ਕੌਣ ਜਾਣਦਾ ਸੀਗਾ, ਕਾਗਜ਼ ਭਰਨ ਤੱਕ ਨਹੀਂ ਉਹਨੂੰ ਲੋਕਾਂ ਦਾ ਪਤਾ ਸੀ ਵੀ ਕੌਣ ਆ ਇਹ ਕੌਣ ਆ। ਇੱਕ ਫੇਸਬੁੱਕ 'ਤੇ ਜਦੋਂ ਉਹਨੂੰ ਪਤਾ ਲੱਗ ਗਿਆ ਲੋਕਾਂ ਨੂੰ, ਉਹ ਜਿਤਾ ਤਾ। ਅਤੇ ਜਿਹੜੇ ਉਹਨਾਂ ਨੇ ਸਹੀ ਸਟੈਂਡ ਸੀਗਾ, ਪਹਿਲਾਂ ਭਾਈ ਸਰਬਜੀਤ ਸਿੰਘ ਕਈ ਲੜਦਾ ਰਿਹਾ ਪਾਰਟੀ ਤੌਰ 'ਤੇ, ਉਹ ਜਿੱਤਿਆ ਹੀ ਕੋਈ ਨਹੀਂ, ਅਤੇ ਐਤਕੀ ਉਹ ਆਜ਼ਾਦ ਖੜ੍ਹ ਗਿਆ, ਜਿੱਤ ਗਿਆ। ਦੇਖੋ ਇਸ ਕਰਕੇ ਜਿਹੜੇ ਸਰਕਾਰ ਨੇ ਉਹ ਇਹ ਸਾਰੀਆਂ ਗੱਲਾਂ ਇਹ ਵਾਧੂ ਘਾਟੂ ਕਰਦੇ ਨੇ ਸਾਰੇ ਲੋਕ, ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹਨੂੰ ਸਭ ਪਤਾ ਵੀ ਸਹੀ ਕਿਹੜਾ ਗਲਤ ਕਿਹੜਾ। ਜਿਹੜਾ ਕੋਈ ਸਹੀ ਸਟੈਂਡ ਲੈਂਦਾ ਉਹਦੇ ਨਾਲ ਪੰਜਾਬ ਦੇ ਲੋਕ ਡਾਹ ਖੜ੍ਹ ਜਾਂਦੇ ਨੇ। ਜਿਹਨੂੰ ਇਹ ਸਾਹਮਣੇ ਦੇਖਦਾ ਵੀ ਮੈਂ ਟੋਆ ਡਿੱਗੂੰਗਾ, ਇਹ ਨਹੀਂ ਦੱਸਦਾ ਵੀ ਪਰਾਂ ਦੀ ਲੰਘ ਜਾਂ, ਜਾਣ ਬੁੱਝ ਕੇ ਉਹ ਟੋਏ ਦੇ ਵਿੱਚ ਡਿੱਗਦੇ ਨੇ। ਜਿਨ੍ਹਾਂ ਨੇ ਸਾਡੀ ਪੰਥ ਦੀ ਪਿੱਠ ਦੇ ਵਿੱਚ ਸੁਰੇ ਮਾਰੇ ਨੇ, ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਕੀਤੀਆਂ ਨੇ, ਨਾਲ ਰਲ ਕੇ ਉਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਨਹੀਂ, ਇਹਦਾ ਸਾਥ ਦਿੱਤਾ ਰਾਮ ਰਹੀਮ ਦਾ, ਇਹਨੇ ਚੋਲਾ ਪਾਇਆ, ਇਹਨੇ ਗੁਰੂ ਸਾਹਿਬ ਦਾ ਲਿਬਾਸ ਪਹਿਨਿਆ, ਅਤੇ ਇਹਨੇ ਬਹੁਤ ਕੁਛ ਕਰਿਆ ਗਾ। ਜੇ ਗੁਰੂ ਗ੍ਰੰਥ ਸਾਹਿਬ ਮਾਹਰ ਦੇ ਸਰੂਪ ਨੂੰ ਇਹ ਚੱਕ ਕੇ ਇਹਨਾਂ ਨੇ ਗਲੀਆਂ ਨਵਾਲੀਆਂ ਦੇ ਵਿੱਚ ਰੋਲਿਆ, ਇਹਨਾਂ ਦੇ ਬੰਦਿਆਂ ਨੇ ਸਾਰਾ ਲਿਖ ਕੇ ਕੰਧਾਂ 'ਤੇ ਲਾ ਕੇ, ਇਹਨਾਂ ਨੇ ਫੜੇ ਨਹੀਂ ਗਏ, ਇਹਨਾਂ ਦੀਆਂ ਉਦੋਂ ਅੱਖਾਂ ਦੁਖਦੀਆਂ ਸੀਗੀਆਂ। ਜਿਵੇਂ ਗੁਰੂ ਸਾਹਿਬ ਦੀ ਨਿਰਾਦਰ ਹੋਇਆ, ਇਹਨਾਂ ਨੇ ਸਰਕਾਰ ਦੇ ਵਿੱਚ ਇਹਨਾਂ ਨੇ ਕਰਾਇਆ, ਸਾਡੇ ਉੱਤੇ ਡਾਂਗਾਂ ਮਾਰੀਆਂ ਨੇ, ਪਰਚੇ ਕੀਤੇ ਨੇ, ਸਿੰਘਾਂ ਨੂੰ ਸ਼ਹੀਦ ਕੀਤਾ, ਇਨਸਾਫ ਮੰਨਦਿਆਂ ਨੂੰ। ਅੱਜ ਫਿਰ ਇਹ ਖੱਖਣੀਆਂ ਕਰੇਲੇ ਹੋ ਗਏ ਕਿ ਨਹੀਂ? ਹਜੇ ਤਾਂ ਹੋਰ ਹੋਊਗਾ ਬੁਰਾ ਹਾਲ ਇਹਨਾਂ ਦਾ ਹੋਣਾ। ਦੇਖੋ ਤਾਂ ਸਹੀ ਕੀ ਹੁੰਦਾ, ਗੁਰੂ ਸਾਹਿਬ ਦੀ ਨਿਰਾਦਰੀ ਹੋਈ ਆ, ਉਹ ਗੁਰੂ ਆ ਜਿਹਨੂੰ ਪੂਰਾ ਵਰਲਡ ਨੂੰ ਮੰਨਦਾ, ਸਾਰੇ ਧਰਮਾਂ ਦੇ ਲੋਕ ਸੀਸ ਝੁਕਾਉਂਦੇ ਨੇ, ਉਸ ਗੁਰੂ ਦੀ ਇਹਨਾਂ ਨਿਰਾਦਰੀ ਕਰਾਈ ਆ, ਇਹ ਲੋਕ ਬਖਸ਼ੇ ਨਹੀਂ ਜਾਣੇ ਚਾਹੀਦੇ। ਇਸ ਕਰਕੇ ਸਿਰਫ ਇਹਨਾਂ ਨੇ ਮਖੌਟੇ ਪਾਏ ਹੋਏ ਨੇ, ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ, ਪੰਥਕ ਪੁੰਥਕ ਇੱਥੇ ਕੋਈ ਨਹੀਂ ਹੈਗਾ ਜੀ। ਹੁਣ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਇੱਕ ਸਿਆਸੀ ਪਾਰਟੀ ਬਣਾਉਣ ਦਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਨੇ, ਕੋਈ ਪੰਥ ਦੀ ਗੱਲ ਕਰਨ ਵਾਲੀ ਸਿਆਸੀ ਪਾਰਟੀ ਹੋਣੀ ਚਾਹੀਦੀ ਹੈ, ਕੋਈ ਪੰਜਾਬ ਦੀ ਇੱਕ ਆਪਣੀ ਪਾਰਟੀ ਹੋਣੀ ਚਾਹੀਦੀ ਹੈ। ਕਿਵੇਂ ਦੇਖਦੇ ਹੋ, ਸਮਰਥਨ ਕਰਦੇ ਹੋ ਉਸ ਬਿਆਨ ਨੂੰ? ਦੇਖੋ ਮੈਂ ਤਾਂ ਕਹਿਣਾ ਚਾਹੁੰਦਾ ਵੀ ਜਿਹੜੀ ਬਾਈ ਦੀਪ ਸਿੱਧੂ ਨੇ ਜਥੇਬੰਦੀ ਪੰਜਾਬ ਵਾਰਸ ਦੇ ਬਣਾਈ ਸੀ, ਵਾਰਸ ਪੰਜਾਬ ਦੇ, ਅਤੇ ਉਹਨੂੰ ਕਾਇਮ ਕਰਨ, ਉਸ ਨੂੰ ਰੱਖਣ, ਹੋਰ ਨਵੀਂ ਬਣਾਉਣੀ ਪਾਰਟੀ ਬਣਾਉਣ ਦੀ ਕੀ ਲੋੜ ਆ? ਜਦੋਂ ਲੋਕ ਉਸ ਨੂੰ ਚਾਹੁੰਦੇ ਨੇ, ਵਾਰਸ ਪੰਜਾਬ ਦੀ ਜਥੇਬੰਦੀ ਨੂੰ, ਦੀਪ ਸਿੱਧੂ ਦੀ ਉਹ ਇਲੈਕਸ਼ਨ ਜਦੋਂ ਆ ਹੋਈ ਆ, ਜਿਹੜੀ ਹੁਣ ਚੱਲ ਰਹੀ ਆ 22 ਦੇ ਵਿੱਚ ਹੋਈ ਆ, ਉਸ ਟਾਈਮ ਮੇਰੀ ਉਹਦੇ ਨਾਲ ਗੱਲ ਹੋਈ ਆ। ਦੀਪ ਸਿੱਧੂ ਨਾਲ ਅਸੀਂ ਬੈਠੇ ਸੀ ਦੋਨੇ ਜਣੇ ਕਾਰ ਦੇ ਵਿੱਚ, ਜਿਹੜੀ ਕਾਰ 'ਚ ਐਕਸੀਡੈਂਟ ਹੋਇਆ, ਦਰਾਹੇ ਨਹਿਰ ਦੇ ਉੱਤੇ ਖੜ੍ਹੇ ਅੱਡੇ 'ਚ, ਉਸ ਇੱਕ ਘੰਟਾ ਸਾਡੀ ਗੱਲਬਾਤ ਹੋਈ ਆ। ਮੈਂ ਉਹਨੂੰ ਕਿਹਾ ਸੀ, ਮੈਂ ਬਾਈ ਤੁਸੀਂ ਐਤਕੀ ਇਲੈਕਸ਼ਨ 'ਚ ਖੜ੍ਹ ਜਾਂਦੇ? ਉਹ ਕਹਿੰਦਾ ਬਾਬਾ ਜੀ ਵੀ ਐਤਕੀ ਨਾ ਨਹੀਂ ਮੈਂ ਖੜ੍ਹਨਾ, ਜੇ ਖੜ੍ਹ ਵੀ ਗਿਆ ਤਾਂ ਲੋਕਾਂ ਨੇ ਵੋਟ ਕੋਈ ਨਹੀਂ ਪਾਉਣੀ, ਐਤਕੀ ਆਪਣੀ ਕੋਈ ਤਿਆਰੀ ਨਹੀਂ ਹੈਗੀ, ਅਤੇ ਆਉਣ ਵਾਲੇ ਜਿਹੜਾ ਇਲੈਕਸ਼ਨ 2027 ਦੇ ਵਿੱਚ, ਉਹਦੇ ਵਿੱਚ ਅਸੀਂ ਗਰਾਊਂਡ ਪ੍ਰਧਰ 'ਤੇ ਜਿਹੜੀ ਤਿਆਰੀ ਕਰ ਲੈਣੀ ਅਸੀਂ ਨੇ, ਅਤੇ ਉਸ ਵਿੱਚ ਅਸੀਂ ਇਲੈਕਸ਼ਨ ਜਿੱਤਾਂਗੇ, ਅਸੀਂ ਸਰਕਾਰ ਵੀ ਬਣਾਵਾਂਗੇ। ਇਹ ਉਹਦਾ ਸੁਪਨਾ ਸੀਗਾ, ਇਹ ਉਹਦੀ ਮਨਸਾ ਸੀ, ਇਹ ਉਹਦੀ ਸੋਚ ਸੀ। ਇਸ ਕਰਕੇ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਆ, ਇਹੀ ਇਹਨੂੰ ਜਿਹੜੀ ਸਿਆਸੀ ਰੰਗ ਦਿੱਤੀ ਜਾਵੇ, ਸਿਆਸੀ ਜਿਹੜੀ ਜਥੇਬੰਦੀ ਦੇ ਵਿੱਚ ਬਦਲਿਆ ਜਾਵੇ, ਇਸੇ ਇਹਦੇ ਨਿਸ਼ਾਨ ਥੱਲੇ ਜਿਹੜੀਆਂ ਚੋਣਾਂ ਇਲੈਕਸ਼ਨ ਲੜੀਆਂ ਜਾਣ, ਹੋਰ ਨਵੀਂ ਪਾਰਟੀ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਕੋਲ ਵਾਰਸ ਪੰਜਾਬ ਦੇ, ਅਤੇ ਅਸੀਂ ਸ਼ਾਨ ਦੇ ਨਾਲ ਜਿਹੜੀ ਹੈਗੀ ਸਰਕਾਰ ਬਣਾਵਾਂਗੇ ਅਤੇ ਜਿੱਤਾਂਗੇ ਵੀ। ਇਹ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਕਹਿੰਦੇ ਨੇ ਵੀ ਅਸੀਂ ਨਵੀਆਂ ਪਾਰਟੀਆਂ, ਬਹੁਤ ਪਹਿਲਾਂ ਪਾਰਟੀਆਂ ਬਣੀਆਂ ਹੋਈਆਂ ਨੇ ਜਥੇਬੰਦੀ ਪੰਜਾਬ ਵਾਰਸ ਦੇ, ਵਾਰਸ ਪੰਜਾਬ ਦੇ, ਇਹੀ ਠੀਕ ਆ। ਇਸੇ 'ਤੇ ਨਿਸ਼ਾਨ ਥੱਲੇ ਜਿਹੜੇ ਚੋਣਾਂ ਲੜਨੀਆਂ ਚਾਹੀਦੀਆਂ ਨੇ, ਅਸੀਂ ਅਪੀਲ ਕਰਾਂਗੇ ਸਾਰਿਆਂ ਨੂੰ।
ਜੀ, ਜਾਂਦੇ ਜਾਂਦੇ ਇੱਕ ਆਖਰੀ ਸਵਾਲ ਲੈ ਲੈਂਦੇ ਹਾਂ ਕਿ ਹੁਣ ਤੁਸੀਂ ਆਪ ਵੀ ਜ਼ਿਕਰ ਕੀਤਾ ਕਿ 2 ਸਾਲ ਇਸ ਮੋਰਚੇ ਨੂੰ ਹੋਣ ਵਾਲੇ ਨੇ, 17 ਜਨਵਰੀ ਨੂੰ 2 ਸਾਲ ਪੂਰੇ ਹੋ ਜਾਣਗੇ, 2022 ਦੇ ਵਿੱਚ ਮੋਰਚਾ ਸ਼ੁਰੂ ਹੋਇਆ ਸੀਗਾ, ਹੁਣ ਅੱਗੇ ਦੀ ਰਣਨੀਤੀ ਕੀ ਰਹੇਗੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ? 7 ਜਨਵਰੀ ਨੂੰ 2 ਸਾਲ ਹੋ ਜਾਣੇ ਆ ਜੀ, ਤੇ ਕੱਲ੍ਹ ਰੋਸ ਮਾਰਚ ਆਇਆ ਸੀਗਾ ਫਤਿਹਗੜ੍ਹ ਸਾਹਿਬ ਤੋਂ ਉਰੇ ਤੱਕ ਚੰਡੀਗੜ੍ਹ ਜਾਣਾ ਸੀ, ਫਿਰ ਇਹਨਾਂ ਨਾਕੇਬੰਦੀ ਕਰੀ, ਇਹਨਾਂ ਨੂੰ ਫਿਰ ਹੜੂਣਾ ਲੱਗਿਆ 2 ਸਾਲਾਂ ਦੇ ਵਿੱਚ। ਕੱਲ੍ਹ ਪਹਿਲੀ ਵਾਰੀ ਪੰਜਾਬ ਸਰਕਾਰ ਨੇ ਇੱਥੇ ਆਪਦੇ ਨੁਮਾਇੰਦੇ ਭੇਜੇ ਨੇ, ਮੰਤਰੀ ਭੇਜਿਆ, ਕਿਹੜਾ ਧਾਲੀਵਾਲ ਮੰਤਰੀ ਆ ਉਹ ਆ ਕੇ ਗਿਆ, ਉਹਨੂੰ ਇਹ ਭਾਈ ਜਿਹੜਾ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ, ਜਿਹੜੇ ਭਾਈ ਤਾਰੇ ਅਤੇ ਪਿਓਰੇ ਦੀ ਪਰੋਲ 'ਤੇ ਜ਼ਮਾਨਤ ਕੀਤੀ ਜਾਵੇ, ਜਿਹੜਾ ਹੋਰ ਉਹਨਾਂ ਨੂੰ ਕੁਛ ਕਿਹਾ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਆ ਜਿੰਨਾ ਗਾ, ਵੀ ਆਹ ਤੁਸੀਂ ਪੂਰਾ ਕਰੋ, ਬਾਕੀ ਸੈਂਟਰ ਦੇ ਹੱਥ ਨੇ, ਬਾਕੀ ਜਿਹੜੇ ਜਿਸ ਤਰ੍ਹਾਂ ਭੁੱਲਰ ਦੀ ਰਿਹਾਈ ਆ ਉਹ ਕੇਜਰੀਵਾਲ ਕਰਾ ਸਕਦਾ, ਅਤੇ ਖੇੜੇ ਦੀ ਉੱਧਰ ਹੋ ਸਕਦੀ ਆ, ਅਤੇ ਰਾਜੋਆਣੇ 'ਤੇ ਜਿਹੜੀ ਹੈਗੀ ਆ ਹਵਾਲੇ ਦੀ, ਉਹ ਸਰਕਾਰ ਦਿੱਲੀ ਸਰਕਾਰ ਕੇਂਦਰ ਸਰਕਾਰ ਨਾਲ ਡਿਪੈਂਡ ਆ, ਇਸ ਕਰਕੇ ਜਿਹੜੇ ਇਹਨਾਂ ਦੇ ਹੱਥ 'ਚ ਨੇ ਉਹ ਇਹ ਰਿਹਾ ਕਰਨ, ਉਹਨਾਂ ਨੂੰ ਇਹ ਉਹ ਕਹਿ ਕੇ ਗਿਆ। ਦੇਖੋ ਪਹਿਲਾਂ ਤਾਂ ਕਹਿ ਕੇ ਤਾਂ ਕਈ ਵਾਰੀ ਵੀ ਇਹ ਕਹਿੰਦੇ ਸਾਨੂੰ ਇਹਨਾਂ 'ਤੇ ਯਕੀਨ ਕੋਈ ਨਹੀਂ, ਜਦੋਂ ਕਰਨਗੇ ਫਿਰ ਅਸੀਂ ਦੇਖੋ ਇਹਨਾਂ ਦਾ ਧੰਨਵਾਦ ਕਰਾਂਗੇ, ਜੇ ਐਵੇਂ ਉਹਦਿਆਂ ਦਾ ਰੌਲਾ ਪਾਈ ਜਾਂਦੇ ਨੇ ਜਾਣ ਬੁੱਝ ਕੇ, ਸਾਨੂੰ ਇਹ ਉੱਲੂ ਬਣਾਉਂਦੇ ਨੇ, ਮੂਰਖ ਬਣਾਉਂਦੇ ਨੇ। ਪਹਿਲਾਂ ਜਦੋਂ ਬਰਗਾੜੀ ਮੋਰਚਾ ਲੱਗਿਆ ਉੱਥੇ ਸੁਖਜਿੰਦਰ ਸਿੰਘ ਰੰਧਾਵੇ ਕਾਂਗਰਸ ਸਰਕਾਰ ਸੀ, ਸਹੁਆਂ ਖਾ ਕੇ ਅਤੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰੀਏ ਹੱਥ ਕਰ ਕਰ ਕਹਿੰਦੇ ਸਾਨੂੰ ਇਹਦੀ ਮਾਰ ਪਵੇ, ਫਿਰ ਪੈ ਗਈ ਆ ਮਾਰ ਤਾਂ ਤੁਹਾਨੂੰ ਹਜੇ ਤਾਂ ਹੋਰ ਪਊਗੀ। ਚਲੋ ਅਸੀਂ ਜੋ ਉਹਨੇ ਕਿਹਾ ਸੀ ਜਿਹੜੇ ਸਾਰਿਆਂ ਨੇ ਜਿਹੜੀ ਇਹ ਗੱਲ ਮੰਨੀ ਆ, 1 ਮਹੀਨੇ ਦਾ ਟਾਈਮ ਲਿਆ, ਕੋਈ ਗੱਲ ਨਹੀਂ, ਜਿੱਥੇ ਸਾਨੂੰ 2 ਸਾਲ ਹੋ ਗਏ ਅਸੀਂ ਮਹੀਨਾ ਹੋਰ ਡੀਕ ਲਾਂਗੇ, ਉਸ ਤੋਂ ਬਾਅਦ ਜਿਹੜੇ ਸਖਤ ਫੈਸਲੇ ਲਏ ਜਾਣਗੇ, ਫਿਰ ਕੋਈ ਟਾਲ ਮਟੋਲ ਨਹੀਂ, ਫਿਰ ਕੋਈ ਗੱਲ ਨਹੀਂ ਮੰਨਣੀ, ਫਿਰ ਆਰ ਪਾਰ ਦੀ ਜਿਹੜੀ ਹੈਗੀ ਆ ਉਹ ਸੰਘਰਸ਼ ਹੋਊਗਾ, ਜਿਵੇਂ ਇੱਥੋਂ ਦੀ ਕਮੇਟੀ ਆ ਜਿਵੇਂ ਉਹ ਕਰੂਗੀ, ਇਸ ਤਰ੍ਹਾਂ ਸਹਿਯੋਗੀ ਬਣ ਕੇ ਆ, ਸਾਥ ਦੇਣਾ ਆ, ਬੈਠੇ ਹਾਂ, ਉਹਨਾਂ ਚਿਰ ਨਹੀਂ ਜਾਂਦੇ ਜਿੰਨਾ ਚਿਰ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਇਹ ਸਰਕਾਰਾਂ ਨੇ ਦੇਖਣਾ ਵੀ ਉਹਨਾਂ ਨੂੰ ਕਰਨਾ ਜਾਂ ਨਹੀਂ, ਜਾਂ ਕਦੋਂ ਛੱਡਣੇ ਨੇ, ਜਦੋਂ ਉਹਨਾਂ 'ਤੇ ਕੋਈ ਹਜੇ ਤੱਕ ਜਦੋਂ ਉਹਨਾਂ ਨੇ ਸਜ਼ਾਵਾਂ ਭੁਗਤ ਲਈਆਂ, ਹੁਣ ਉਹਨਾਂ ਨੂੰ ਕਾਹਦੇ ਵਾਸਤੇ ਬੰਦ ਕਰਿਆ ਹੋਇਆ? ਸਰਕਾਰਾਂ ਦੱਸਣ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ, ਅਸੀਂ ਜ਼ਾਬਤੇ ਦੇ ਵਿੱਚ ਬੈਠੇ ਹਾਂ, ਕਾਨੂੰਨ ਦੀ ਉਲੰਘਣਾ, ਸੰਵਿਧਾਨ ਦੀ ਉਲੰਘਣਾ, ਸਿੱਕੇ ਟੰਗਣਾ ਇਹਨਾਂ ਦਾ ਕੰਮ ਆ, ਸਰਕਾਰਾਂ ਉਹਨਾਂ ਦੀ ਉਲੰਘਣਾ ਕਰ ਰਹੀਆਂ ਨੇ ਸੰਵਿਧਾਨ ਨੂੰ, ਸਿੱਕੇ ਟੰਗਤਾ ਇਹਨਾਂ ਨੇ, ਇੱਥੇ ਕਾਨੂੰਨ ਆਉਣ ਦੀ ਕੋਈ ਚੀਜ਼ ਹੀ ਨਹੀਂ, ਜੇ ਕਾਨੂੰਨ ਹੁੰਦਾ ਫਿਰ ਬੰਦੀ ਸਿੰਘ ਹੁਣ ਤੱਕ ਜੇਲ੍ਹਾਂ 'ਚੋਂ ਬਾਹਰ ਹੋਣੇ ਸੀ ਜੀ। ਬਹੁਤ ਬਹੁਤ ਧੰਨਵਾਦ ਜਥੇਦਾਰ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਧੰਨਵਾਦ ਤੁਹਾਡਾ ਵੀ ਜੀ। ਸੋ ਇਹ ਸਨ ਸਾਡੇ ਨਾਲ ਜਥੇਦਾਰ ਰਾਜਾ ਰਾਜ ਸਿੰਘ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਰਾਮ ਰਹੀਮ ਨੂੰ ਮਿਲੀ ਪੈਰੋਲ ਦੇ ਬਾਰੇ, ਅਤੇ ਇਸ ਤੋਂ ਇਲਾਵਾ ਜਿਹੜਾ ਅਕਾਲੀ ਦਲ ਦੇ ਵੱਲੋਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਗਿਆ, ਇਹ ਸਭ ਮੁੱਦਿਆਂ ਤੋਂ ਲੈ ਕੇ ਰਾਜਾ ਰਾਜ ਸਿੰਘ ਨੇ ਆਪਣਾ ਪੱਖ ਰੱਖਿਆ। ਸੋ ਤੁਸੀਂ ਸੁਣਿਆ, ਅਜਿਹੀਆਂ ਹੋਰ ਖਬਰਾਂ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਹਮਦਰਦ TV।